ANM ਅਤੇ GNM ਇਹਨਾਂ ਕੋਰਸਾਂ ਦੇ ਸੈਸ਼ਨ 2024-25 ਵਿੱਚ ਕੇਂਦਰੀਕ੍ਰਿਤ ਕਾਉਂਸਲਿੰਗ ਰਾਹੀਂ ਦਾਖਲੇ ਵਾਸਤੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਮੋਹਾਲੀ ਵੱਲੋਂ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਕਾਉਂਸਲਿੰਗ ਹੈਲਪਲਾਈਨ ਦਿੱਤੀ ਗਈ ਹੈ, ਫੋਨ ਨੰਬਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਐਡਮਿਸ਼ਨਸ PNRC@gmail.com। ਤਾਂ ਸੈਸ਼ਨ 2024-25 ਲਈ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਇੰਸਟੀਚਿਊਟਸ ਵਿੱਚ ANM ਅਤੇ GNM ਕੋਰਸਾਂ ਵਿੱਚ ਆਨਲਾਈਨ ਕੇਂਦਰੀਕ੍ਰਿਤ ਕਾਉਂਸਲਿੰਗ ਰਾਹੀਂ ਦਾਖਲੇ ਲਈ ਬਿਨੈ ਪੱਤਰ ਮੰਗੇ ਗਏ ਨੇ। ਪ੍ਰੋਸਪੈਕਟਸ, ਫੀਸ ਵੇਰਵਾ, ਕਾਉਂਸਲਿੰਗ ਦਾ ਸ਼ੈਡਿਊਲ, ਆਨਲਾਈਨ ਕਾਉਂਸਲਿੰਗ ਦਾ ਵੇਰਵਾ ਅਤੇ ਹੋਰ ਸਹਾਇਕ ਜਾਣਕਾਰੀ ਲਈ PNRC ਦੀ ਵੈਬਸਾਈਟ www.pnrconline.in ਅਤੇ admission.pnrconline.in ਵੇਖੀ ਜਾਵੇ। ਪੰਜਾਬ ਰਾਜ ਦੀ ਪਾਲਿਸੀ ਅਨੁਸਾਰ ਪੰਜਾਬ ਦੇ ਨਿਵਾਸੀ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਵੇਰਵਾ ਇਸ ਪ੍ਰਕਾਰ ਰਹੇਗਾ। ਕੌਂਸਲ ਦੀ ਵੈਬਸਾਈਟ 'ਤੇ ਪ੍ਰੋਸਪੈਕਟਸ ਅਵੇਲੇਬਲ ਹੋ ਗਿਆ ਹੈ 1 ਸਤੰਬਰ 2024 ਤੋਂ। ਆਨਲਾਈਨ ਬਿਨੈ ਪੱਤਰ ਜਮ੍ਹਾਂ ਕਰਾਉਣ 10 ਸਤੰਬਰ ਤੱਕ। ਕੌਂਸਲਿੰਗ ਪੋਰਟਲ ਰਾਹੀਂ ਆਨਲਾਈਨ ਚੋਇਸ ਫਿਲਿੰਗ ਰਹੇਗੀ 11 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ। ਵੈਬਸਾਈਟ 'ਤੇ RG ਅਲਾਟਮੈਂਟ ਪ੍ਰਦਰਸ਼ਨ ਹੋਏਗਾ 16 ਸਤੰਬਰ ਨੂੰ। ਦਸਤਾਵੇਜ਼ਾਂ ਦੀ ਜਾਂਚ ਪੜਤਾਲ, ਜੁਆਇਨਿੰਗ ਲਈ ਸੰਬੰਧਿਤ ਅਲਾਟਿਡ ਇੰਸਟੀਚਿਊਟ ਅਤੇ ਉਮੀਦਵਾਰਾਂ ਦੀ ਰਿਪੋਰਟਿੰਗ ਦੀ ਮਿਤੀ ਰਹੇਗੀ 17 ਸਤੰਬਰ ਤੋਂ 20 ਸਤੰਬਰ ਤੱਕ। ਆਨਲਾਈਨ ਕੌਂਸਲਿੰਗ ਦੂਸਰਾ ਰਾਊਂਡ ਕੌਂਸਲ ਦੀ ਵੈਬਸਾਈਟ ਦੇ ਰਾਹੀਂ ਸੂਚਿਤ ਕੀਤਾ ਜਾਵੇਗਾ।